ਇਨਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਹਨਾਂ ਤੇ 에어ਪੋਰਟ ਤੇ ਇੱਕ ਵੀਰ ਵੱਲੋਂ ਮੰਦੀ ਸ਼ਬਦਾਵਲੀ ਬੋਲੀ ਗਈ ਤਾਂ ਇਸ ਦੇ ਸਬੰਧ ਵਿੱਚ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੱਕ ਪੋਸਟ ਸ਼ੇਅਰ ਕੀਤੀ ਆ ਜਿਦੇ ਵਿੱਚ ਇਹ ਕਹਿੰਦੇ ਆ ਜਿਵੇਂ ਬੇਰੁੱਤਾ ਬਾਈ ਝਰਨਾ ਕਿਧਰੇ ਵਹਿੰਦਾ ਨਹੀਂ ਹੁੰਦਾ ਐਵੇਂ ਸਿਆਣਾ ਬੰਦਾ ਨਾਲ ਮੂਰਖਾ ਖੈਂਦਾ ਨਹੀਂ ਹੁੰਦਾ ਸੱਚੀ ਆਵਾਜ਼ ਨੂੰ ਹਰ ਕੋਈ ਯਾਰ ਦਿਵਾਉਣਾ ਚਾਹੁੰਦਾ ਸੋਸ਼ਲ ਮੀਡੀਆ ਉੱਤੇ ਨਾਮ ਚਮਕਾਉਣਾ ਚਾਹੁੰਦਾ ੱੱਕੇ ਮਾਰ ਪਹਾੜ ਕਦੇ ਵੀ ਠੰਡਦਾ ਨਹੀਂ ਹੁੰਦਾ ਸਿਆਣਾ ਬੰਦਾ ਨਾਲ ਮੂਰਖਾ ਖੈਂਦਾ ਨਹੀਂ ਹੁੰਦਾ ਦੁੱਕੀ ਤਿੱਕੀ ਹਰ ਕੋਈ ਯਾਰ ਦਬਾਓ ਇੱਥੇ ਬਣ ਕੇ ਸਿਆਣਾ ਹਰ ਕੋਈ ਸਮਝਾਓ ਇੱਥੇ ਭਾਜੀ ਪਾਈ ਵਾਲਾ ਕਰਜ਼ਾ ਰਹਿੰਦਾ ਨਹੀਂ ਹੁੰਦਾ ਸਿਆਣਾ ਬੰਦਾ ਨਾਲ ਮੂਰਖਾ ਖੈਂਦਾ ਨਹੀਂ ਹੁੰਦਾ ਚੁੱਪ ਰਹੇ ਆ ਇਹ ਨਹੀਂ ਕਿਸੇ ਤੋਂ ਡਰਦੇ ਆ ਮਾਸਤ ਰਹੀਦਾ ਪਰ ਮਨਮਰਜ਼ੀ ਕਰਦੇ ਆ ਮੋਢਿਆਂ ਤੇ ਹੰਕਾਰ ਕੋਈ ਬਾਹਲਾ ਰਹਿੰਦਾ ਨਹੀਂ ਹੁੰਦਾ ਸਿਆਣਾ ਬੰਦਾ ਨਾਲ ਮੂਰਖਾਂ ਖੈਂਦਾ ਨਹੀਂ ਹੁੰਦਾ ਕਾਲੇ ਚੰਗੀ ਸੋਚ ਦੇ ਫੈਣਾ ਚਿਰਦੇ ਜੀ ਲੌਲੀਪੌਪ ਦੇ ਨਾਲ ਨਿਆਣੇ ਵਿਰਦੇ ਨਹੀਂ ਗਿੱਚੀ ਤੱਤੀ ਹੋਈ ਬਿਨਾ ਕੋਈ ਬੈਂਦਾ ਨਹੀਂ ਹੁੰਦਾ ਪਰ ਸਿਆਣਾ ਬੰਦਾ ਨਾਲ ਮੂਰਖਾਂ ਖੈਂਦਾ ਨਹੀਂ ਹੁੰਦਾ ਤੁਹਾਡਾ ਆਪਣਾ ਕਾਲਾ ਢਾਲੀਵਾਲ ਤਾਂ ਇਹ ਜੋ ਕਵਿਤਾ ਕਾਲਾ ਢਾਲੀਵਾਲ ਵੱਲੋਂ ਲਿਖੀ ਹੋਈ ਹੈ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੀ ਬੋਲ ਤੇ ਸ਼ੇਅਰ ਕੀਤੀ ਹੈ ਇਸ ਦੇ ਸਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ